ਗੁਰਬਾਣੀ ਅਰਥਾਂ ਦੇ ਸੰਬੰਧ ਵਿੱਚ ਲੇਖਕ ਡਾਕਟਰ ਸੇਵਕ ਸਿੰਘ। ਗੁਰਬਾਣੀ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਹੈ, ਇਹ ਗੱਲ ਅਸੀਂ ਬੜੀ ਵਾਰ ਪੜ੍ਹੀ ਸੁਣੀ ਹੋਵੇਗੀ। ਗੁਰਬਾਣੀ ਨੂੰ ਸਮਝਣ ਸਮਝਾਉਣ ਦੇ ਯਤਨ ਵੀ ਲਗਾਤਾਰ ਹੁੰਦੇ ਆ ਰਹੇ ਨੇ। ਗੁਰਬਾਣੀ ਦਾ ਕਲਿਆਣਕਾਰੀ ਸੁਨੇਹਾ ਅਜੇ ਸਰਬੱਤ ਤੱਕ ਨਹੀਂ ਫੈਲਿਆ। ਅਜੇ ਸਾਡੇ ਛੋਟੇ ਜਿਹੇ ਦਾਇਰੇ ਵਿੱਚ ਵੀ ਗੁਰਬਾਣੀ ਦੇ ਅਰਥਾਂ ਅਤੇ ਅਰਥਾਂ ਦੀ ਵਰਤੋਂ ਨੂੰ ਲੈ ਕੇ ਕਈ ਹਿੱਸਿਆਂ ਵਿੱਚ ਵੰਡ ਹੋ ਜਾਂਦੀ ਹੈ। ਉਂਝ ਭਾਵੇਂ ਚਰਚਾ ਦਾ ਪੱਧਰ ਕੋਈ ਵੀ ਹੋਵੇ, ਅਸੀਂ ਇਸ ਗੱਲ ਨੂੰ ਸਹੀ ਮੰਨਦੇ ਹਾਂ ਕਿ ਸਾਡੇ ਲਈ ਓਟ ਆਸਰਾ ਗੁਰਬਾਣੀ ਦਾ ਹੈ ਅਤੇ ਇਤਿਹਾਸ ਦੀ ਗਵਾਹੀ। ਪਰ ਬੇਮਿਸਾਲ ਕੁਰਬਾਨੀਆਂ ਅਤੇ ਇਤਿਹਾਸ ਅਤੇ ਗੁਰਬਾਣੀ ਦੇ ਰੂਪ ਵਿੱਚ ਇੰਨੇ ਵੱਡੇ ਗਿਆਨ ਭੰਡਾਰ ਦੇ ਹੁੰਦਿਆਂ ਸਾਡੀ ਜੋ ਸਥਿਤੀ ਹੈ ਉਹ ਦੱਸ ਪਾਉਂਦੀ ਹੈ ਕਿ ਕਿਤੇ ਕੋਈ ਘਾਟ ਹੈ। ਇਸ ਘਾਟ ਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਅਤੇ ਇਤਿਹਾਸ ਨੂੰ ਸਮਝਣ ਸਮਝਾਉਣ ਦੇ ਢੰਗ ਵੱਲ ਧਿਆਨ ਕਰਨਾ ਪਵੇਗਾ ਕਿ ਕਿਤੇ ਅਸੀਂ ਸੁਨੇਹੇ ਨੂੰ ਸਹੀ ਰੂਪ ਵਿੱਚ ਸਮਝਣ ਤੋਂ ਹੀ ਅਸਮਰੱਥ ਤਾਂ ਨਹੀਂ। ਕੋਈ ਕਾਰਗਰ ਤਰੀਕਾ ਲੱਭਣ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਤਰੀਕੇ ਅੱਜ ਤੱਕ ਅਪਣਾਏ ਗਏ ਨੇ ਉਹਨਾਂ ਦੇ ਮੂਲ ਮਹੱਤਤਾ ਨੂੰ ਵੀ ਜ਼ਰੂਰ ਵਿਚਾਰਿਆ ਜਾਵੇ। ਇੱਥੇ ਅਸੀਂ ਕਿਸੇ ਵਿਵਾਦ ਲਈ ਆਪਣਾ ਪੱਖ ਪੇਸ਼ ਨਹੀਂ ਕਰ ਰਹੇ, ਸਗੋਂ ਸਾਡਾ ਯਤਨ ਅੱਜ ਤੋਂ ਪਹਿਲਾਂ ਗੁਰਬਾਣੀ ਨੂੰ ਸਮਝਣ ਵਿਖਿਆਉਣ ਦੇ ਜਿਹੜੇ ਯਤਨ ਹੋਏ ਨੇ ਉਹਨਾਂ ਨੂੰ ਸਮਝਣ ਦਾ ਹੈ। ਗੁਰਬਾਣੀ ਨੂੰ ਸਮਝਣ ਸਮਝਾਉਣ ਦਾ ਕਾਰਜ ਗੁਰੂ ਕਾਲ ਤੋਂ ਹੀ ਹੁੰਦਾ ਆ ਰਿਹਾ ਹੈ। ਜਿਹੜੀਆਂ ਰਚਨਾਵਾਂ ਨੂੰ ਗੁਰੂ ਘਰ ਵਿੱਚ ਗਾਉਣ ਦੀ ਪਰੰਪਰਾ ਹੈ ਉਹ ਰਚਨਾਵਾਂ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਲਈ ਮੁੱਢਲੀਆਂ ਨੇ। ਇਹਨਾਂ ਦੀ ਭਾਸ਼ਾ ਅਤੇ ਭਾਵਨਾ ਵਧੇਰੇ ਤਾਜ਼ੀ ਹੈ। ਇਸ ਦੇ ਨਾਲ ਹੀ ਅਨਿਨ ਸੇਵਕਾਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਲਿਖਤੀ ਰੂਪ ਦਿੱਤਾ ਗਿਆ। ਇਹ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਨੇ। ਕਈ ਥਾਵੇਂ ਸ਼ਬਦਾਂ ਦੇ ਉਚਾਰੇ ਜਾਣ ਦੀ ਪ੍ਰਸੰਗ ਭੂਮਿਕਾ ਬੰਨ੍ਹੀ ਗਈ ਹੈ, ਜੋ ਗੁਰਬਾਣੀ ਅਰਥਾਂ ਨੂੰ ਸਮਝਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਲੜੀ ਹੈ। ਇੱਥੇ ਅਸੀਂ ਬਾਜ਼ਾਰ ਵਿੱਚ ਭਾਈ ਬਾਲੇ ਦੇ ਨਾਂ ਹੇਠ ਵਿਕਦੀ ਵੱਡੀ ਅਤੇ ਅਸਲੀ ਜਨਮ ਸਾਖੀ ਦੀ ਗੱਲ ਨਹੀਂ ਕਰ ਰਹੇ। ਜਨਮ ਸਾਖੀਆਂ ਦੇ ਨਾਲ ਹੀ ਕੋਸ਼ਟਾਂ ਦਾ ਰੂਪ ਸਾਹਮਣੇ ਆਉਂਦਾ ਹੈ, ਜਿਸ ਵਿੱਚ ਦਾਰਸ਼ਨਿਕ ਸਵਾਲਾਂ ਨੂੰ ਗੁਰਬਾਣੀ ਵਿਚਾਰਧਾਰਾ ਦੀ ਵਿਧੀ ਅਨੁਸਾਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਦਾ ਪ੍ਰਚਲਨ ਜਨਮ ਸਾਖੀਆਂ ਜਿੰਨਾ ਨਹੀਂ ਹੋਇਆ। ਜਿੱਥੇ ਜਨਮ ਸਾਖੀਆਂ ਗੁਰੂ ਦੀ ਉਪਮਾ ਕਰਦੀਆਂ ਨੇ, ਉੱਥੇ ਗੋਸ਼ਟਾਂ ਵਿਚਾਰ ਚਰਚਾ ਰਾਹੀਂ ਸਮਝਾਉਣ ਦਾ, ਸਿੱਖੀ ਨੂੰ ਫੈਲਾਉਣ ਦਾ ਯਤਨ ਕਰਦੀਆਂ ਨੇ। ਜਨਮ ਸਾਖੀਆਂ ਅਤੇ ਗੋਸ਼ਟਾਂ ਤੋਂ ਅੱਗੇ ਟੀਕਾ ਪਰੰਪਰਾ ਸਾਹਮਣੇ ਆਉਂਦੀ ਹੈ, ਜਿਹੜੀ ਸਿੱਧੇ ਰੂਪ ਵਿੱਚ ਗੁਰਬਾਣੀ ਦੇ ਅਰਥਾਂ ਨੂੰ ਨਿਸ਼ਚਿਤ ਕਰਨ ਦਾ ਯਤਨ ਸੀ। ਇਹ ਪਰੰਪਰਾ ਅੱਜ ਤੱਕ ਚੱਲੀ ਆ ਰਹੀ ਹੈ। ਉੱਪਰ ਜਿਨ੍ਹਾਂ ਲਿਖਤਾਂ ਦੇ ਸੰਖੇਪ ਵੇਰਵੇ ਦਿੱਤੇ ਗਏ ਨੇ ਉਹਨਾਂ ਬਾਰੇ ਇੱਕ ਸਾਂਝਾ ਦੋਸ਼ ਲਗਾਇਆ ਜਾਂਦਾ ਕਿ ਇਹਨਾਂ ਉੱਪਰ ਬ੍ਰਾਹਮਣੀ ਮੱਤ ਦਾ ਸਪਸ਼ਟ ਅਸਰ ਹੈ, ਕਿਸੇ ਲਿਖਤ ਉੱਪਰ ਥੋੜ੍ਹਾ, ਕਿਸੇ ਪਰ ਬਹੁਤਾ। ਇਹ ਸਿਰਫ ਗੁਰਬਾਣੀ 'ਤੇ ਹੀ ਨਹੀਂ ਸਗੋਂ ਇਤਿਹਾਸ ਨਾਲ ਸੰਬੰਧਿਤ ਲਿਖਤਾਂ ਉੱਪਰ ਵੀ ਦਿਖਾਈ ਦਿੰਦਾ ਹੈ। ਪਰ ਅਜਿਹਾ ਸੰਭਵ ਕਿਵੇਂ ਹੋਇਆ? ਇਸਦਾ ਉੱਤਰ ਅਸੀਂ ਆਮ ਤੌਰ 'ਤੇ ਇਹੀ ਦਿੰਦੇ ਹਾਂ ਕਿ ਬਾਹਮਣ ਦੀ ਚਾਲ ਕਰਕੇ। ਪਰ ਇਹ ਬਣੀ ਬਣਾਈ ਧਾਰਨਾ ਇੱਕ ਤਾਂ ਕੁਝ ਸਿੱਧ ਨਹੀਂ ਕਰਦੀ, ਦੂਜਾ ਮੁੱਢਲੇ ਸਮੁੱਚੇ ਕਾਰਜ ਉੱਪਰ ਕਾਟਾ ਮਾਰ ਦਿੰਦੀ ਹੈ। ਇੰਜ ਮੁੱਢਲੇ ਕੰਮ ਨੂੰ ਰੱਦ ਕਰਕੇ ਅਸੀਂ ਅੱਗੇ ਨਹੀਂ ਵੱਧ ਸਕਦੇ। ਜੇਕਰ ਅਸੀਂ ਸਾਖੀਆਂ, ਗੋਸ਼ਟਾਂ ਅਤੇ ਟੀਕਿਆਂ ਦੀ ਰਚਨਾ ਅਤੇ ਰਚਨਕਾਰਾਂ ਨੂੰ ਉਹਨਾਂ ਦੇ ਸਮੇਂ ਵਿੱਚ ਸਮਝਣ ਦਾ ਯਤਨ ਕਰਾਂਗੇ ਤਾਂ ਅਸੀਂ ਗੁਰਬਾਣੀ ਦੀ ਅਰਥ ਪਰੰਪਰਾ ਨੂੰ ਹੋਰ ਅੱਗੇ ਲਿਜਾਣ ਵਿੱਚ ਸਫਲ ਹੋ ਸਕਾਂਗੇ। ਸਿੱਖ ਦਾ ਸਮੁੱਚਾ ਜੀਵਨ ਗੁਰਬਾਣੀ ਨਾਲ ਜੁੜਿਆ ਹੋਇਆ। ਇਸ ਤਰ੍ਹਾਂ ਅਸੀਂ ਜਦੋਂ ਵੀ ਗੁਰਬਾਣੀ ਦੇ ਅਰਥਾਂ ਦੀ ਗੱਲ ਕਰਦੇ ਹਾਂ ਤਾਂ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ, ਘਟਨਾਵਾਂ ਦੀ ਗੱਲ ਕਰਦੇ ਹਾਂ। ਅੱਜ ਕੱਲ੍ਹ ਗੁਰਮਤਿ ਸਿਧਾਂਤ ਦੀ ਗੱਲ ਨੂੰ ਲੈ ਕੇ ਸਿੱਖ ਵਿਦਵਾਨਾਂ ਵਿੱਚ ਵਧੀ ਤਲਖੀ ਸਾਫ਼ ਰੂਪ ਵਿੱਚ ਸਿੱਖਾਂ ਦੀ ਮਾੜੀ ਸਿਆਸੀ ਅਤੇ ਮਾਲੀ ਹਾਲਤ ਨਾਲ ਜੁੜੀ ਹੋਈ ਹੈ। ਠੀਕ ਇਸੇ ਤਰ੍ਹਾਂ ਸਾਨੂੰ ਉਸ ਵੇਲੇ ਦੇ ਸਿੱਖ ਸਮਾਜ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਪੁਰਾਣੇ ਅਰਥਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਦੇ ਦਰ 'ਤੇ ਆਉਣ ਵਾਲਿਆਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਇਹ ਵਿਰੋਧ ਗੁਰੂ ਕਾਲ ਵਿੱਚ ਹੀ ਜ਼ਿੰਦਗੀ ਮੌਤ ਦੇ ਸੰਘਰਸ਼ ਵਿੱਚ ਬਦਲ ਗਿਆ। ਇਸ ਤੋਂ ਪਹਿਲਾਂ ਕਿ ਇਲਾਹੀ ਸੰਦੇਸ਼ ਲੋਕਾਂ ਦੀ ਜ਼ਿੰਦਗੀ ਵਿੱਚ ਸਹਿਜ ਸੁਭਾਅ ਰਚਦਾ ਅਤੇ ਇਸਦਾ ਅਸਰ ਸਾਰੀ ਮਨੁੱਖਤਾ ਤੱਕ ਜਾਂਦਾ, ਅਣਸੁਖਾਵੇਂ ਹਾਲਾਤ ਕਾਰਨ ਗਿਆਨ ਚਰਚਾ ਦੀ ਥਾਂ ਆਪਣੀ ਹੋਂਦ ਪਛਾਣ ਦਾ ਸਵਾਲ ਅਹਿਮ ਰੂਪ ਧਾਰਨ ਕਰ ਗਿਆ। ਇਸੇ ਕਰਕੇ 18ਵੀਂ ਸਦੀ ਵਿੱਚ ਗੁਰਮਤਿ ਸੰਦੇਸ਼ ਸਿਰਫ ਅਮਲ ਵਿੱਚੋਂ ਹੀ ਪ੍ਰਗਟ ਹੋਇਆ, ਗਿਆਨ ਚਰਚਾ ਦੀ ਪਰੰਪਰਾ ਸਹੀ ਰੂਪ ਵਿੱਚ ਪ੍ਰਗਟ ਨਾ ਹੋ ਸਕੀ। ਜਿਹੜੇ ਮਨੁੱਖ ਯੁੱਧ ਖੇਤਰ ਤੋਂ ਥੋੜ੍ਹਾ ਦੂਰ ਜਾਂ ਪਾਸੇ ਸਨ ਉਹਨਾਂ ਨੇ ਇਹ ਕਾਰਜ ਜਿਸ ਰੂਪ ਵਿੱਚ ਚਲਾਇਆ ਉਹ ਸਾਡੇ ਸਾਹਮਣੇ ਹੈ। ਜਿਹੜੇ ਵਿਅਕਤੀ ਯੁੱਧ ਖੇਤਰ ਵਿੱਚ ਨਹੀਂ ਆਉਂਦੇ ਉਹਨਾਂ ਸਾਰਿਆਂ ਨੂੰ ਬੁਜ਼ਦਿਲ ਜਾਂ ਅਗਿਆਨੀ ਆਖਣਾ ਠੀਕ ਨਹੀਂ, ਕਿਉਂਕਿ ਜ਼ਿੰਦਗੀ ਦਾ ਇੱਕ ਪੱਖ
ਕਿੰਨਾ ਵੀ ਅਹਿਮ ਕਿਉਂ ਨਾ ਹੋ ਜਾਵੇ ਦੂਜੇ ਪੱਖ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ। ਜਿਸ ਗੱਲ ਖਾਤਰ ਜ਼ਿੰਦਗੀ ਮੌਤ ਦਾ ਸੰਘਰਸ਼ ਚੱਲਦਾ ਹੈ ਉਸ ਨੂੰ ਚਾਲੂ ਰੱਖਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਉਸ ਵੇਲੇ ਦੇ ਸਾਰੇ ਹਾਲਾਤ ਦੀ ਖਬਰ ਰੱਖਣ ਵਾਲਿਆਂ ਦਾ ਕਾਰਜ ਵੀ ਬੜਾ ਅਹਿਮ ਹੁੰਦਾ। ਜਦੋਂ ਵੱਖਰੀ ਪਛਾਣ ਦਾ ਕੋਈ ਚਿੰਨ੍ਹ ਵੀ ਮੌਤ ਦਾ ਹਰਕਾਰਾ ਹੋਵੇ ਉਦੋਂ ਜਾਂ ਬਾਜ਼ ਲੋਕ ਜਾਣ ਦੇ ਕੇ ਆਪਣੀ ਦ੍ਰਿੜਤਾ ਦਾ ਸੰਦੇਸ਼ ਤਾਂ ਛੱਡ ਜਾਂਦੇ ਨੇ, ਪਰ ਇਹ ਸਹੀ ਅਤੇ ਸਾਰਥਕ ਰੂਪ ਵਿੱਚ ਕਿਵੇਂ ਪੁੱਜੇ ਇਹ ਕਾਰਜ ਕਿਸੇ ਹੋਰ ਨੇ ਕਰਨਾ ਹੁੰਦਾ। ਜਿਹੜੇ ਇਸ ਕਾਰਜ ਨੂੰ ਕਰਦੇ ਨੇ ਉਹ ਕਿਵੇਂ ਅਤੇ ਕਦੋਂ ਕਰਦੇ ਨੇ ਇਸ ਬਾਰੇ ਜਾਣਨਾ ਵੀ ਜ਼ਰੂਰੀ ਹੈ। ਅੱਜ ਅਸੀਂ ਜਿਸ ਚੀਜ਼ ਉੱਪਰ ਬੜੇ ਆਰਾਮ ਨਾਲ ਕਾਟਾ ਮਾਰਦੇ ਹਾਂ ਉਹ ਹੈ ਉਹਨਾਂ ਦਾ ਸਮਝ ਦਾ ਪੱਧਰ ਅਤੇ ਵਿਧੀ। ਅਸੀਂ ਅੱਜ ਜਿਸ ਮਾਹੌਲ ਵਿੱਚ ਰਹਿੰਦੇ ਹਾਂ ਇੱਥੇ ਇਸ ਤਰ੍ਹਾਂ ਕਹਿਣਾ ਬੜਾ ਸੌਖਾ ਹੈ, ਪਰ ਜੇ ਅਸੀਂ ਥੋੜ੍ਹਾ ਉਸ ਵੇਲੇ ਦੇ ਹਾਲਾਤ ਨੂੰ ਸਮਝਣ ਦਾ ਯਤਨ ਕਰੀਏ ਤਾਂ ਕਿਸੇ ਨਤੀਜੇ 'ਤੇ ਪਹੁੰਚਣ ਲਈ ਲਾਹੇਵੰਦ ਹੋਵੇਗਾ। ਇੱਕ ਪਾਸੇ ਮੁਗਲ ਸਮਰਾਜ ਸੀ ਜਿਸਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ, ਦੂਜੇ ਪਾਸੇ ਬ੍ਰਾਹਮਣੀ ਪ੍ਰਬੰਧ ਸੀ ਜਿਸਨੇ ਜਾਤ ਪਾਤ ਦੇ ਨਾਂ 'ਤੇ ਹੀ ਲੋਕਾਈ ਦੇ ਵੱਡੇ ਹਿੱਸੇ ਤੋਂ ਜੀਣ ਦਾ ਹੱਕ ਖੋਇਆ ਹੋਇਆ ਸੀ। ਅਸਲ ਵਿੱਚ ਇਹਨਾਂ ਦੋਹਾਂ ਸਿਆਸੀ ਅਤੇ ਸਮਾਜਿਕ ਪ੍ਰਬੰਧਾਂ ਅਧੀਨ ਲੋਕ ਜਿਵੇਂ ਜ਼ਿੰਦਗੀ ਗੁਜ਼ਾਰਦੇ ਸਨ ਉਸ ਬਾਰੇ ਵੱਡ ਆਕਾਰੀ ਗ੍ਰੰਥ ਲਿਖੇ ਜਾ ਸਕਦੇ ਨੇ। ਅਜਿਹੇ ਸਮੇਂ ਵਿੱਚ ਇੱਕ ਸਧਾਰਨ ਆਦਮੀ ਗਿਆਨ ਕਿੱਥੋਂ ਪ੍ਰਾਪਤ ਕਰਦਾ ਸੀ, ਕਿਵੇਂ ਪ੍ਰਾਪਤ ਕਰਦਾ ਸੀ, ਇਹ ਗੱਲ ਸਭ ਤੋਂ ਮਹੱਤਵਪੂਰਨ ਹੈ। ਇਹ ਗਿਆਨ ਹੀ ਘਟਨਾਵਾਂ ਅਤੇ ਵਿਚਾਰਾਂ ਨੂੰ ਸਮਝਾਉਣ, ਦੱਸਣ ਅਤੇ ਲਿਖਣ ਦਾ ਆਧਾਰ ਬਣਦਾ ਸੀ। ਜੇਕਰ ਅਜੋਕੇ ਸਮੇਂ ਨਾਲ ਮੇਲ ਕੇ ਦੇਖੀਏ ਤਾਂ ਸਮਝ ਆ ਸਕਦਾ ਹੈ ਕਿ ਹੁਣ ਦਾ ਵਿੱਦਿਅਕ ਢਾਂਚਾ, ਰਾਜਨੀਤੀ ਅਤੇ ਟੀਵੀ ਅਖਬਾਰਾਂ ਵਗੈਰਾ ਇੱਕ ਸਧਾਰਨ ਨੌਜਵਾਨ ਨੂੰ ਕਿਸ ਤਰ੍ਹਾਂ ਦਾ ਸਿੱਖ ਬਣਾਉਣਗੇ। ਉਸ ਸਮੇਂ ਸਮਾਜ ਵਿਚਲੀ ਜਲਾਲਤ ਅਤੇ ਬਾਗੀਆਂ ਦਾ ਆਚਰਣ ਹੀ ਸਿੱਖੀ ਲਈ ਮੁੱਢਲਾ ਆਧਾਰ ਸੀ। ਦੂਜੇ ਪਾਸੇ ਬ੍ਰਾਹਮਣ ਨੇ ਲੰਮੇ ਸਮੇਂ ਵਿੱਚ ਆਪਣਾ ਢੇਰ ਸਾਰਾ ਗਿਆਨ ਪੈਦਾ ਕੀਤਾ ਹੋਇਆ ਸੀ ਅਤੇ ਲੋਕਾਂ ਦੇ ਮਨਾਂ ਉੱਪਰ ਇਸਦਾ ਡੂੰਘਾ ਅਸਰ ਸੀ, ਜਿਸ ਨੂੰ ਮੁਗਲ ਹਕੂਮਤ ਵੀ ਮਿਟਾਉਣ ਤੋਂ ਅਸਮਰੱਥ ਸੀ। ਇੱਧਰਲੇ ਪਾਸੇ ਗੁਰਮਤਿ ਗਿਆਨ ਦਾ ਬੀਜ ਸਹੀ ਰੂਪ ਵਿੱਚ ਲੋਕਾਂ ਦੇ ਮਨ ਵਿੱਚ ਉੱਗਿਆ ਵੀ ਨਹੀਂ ਸੀ ਕਿ ਦੋਹਾਂ ਪਾਸਿਆਂ ਤੋਂ ਕਠਿਨ ਟਾਕਰਾ ਸ਼ੁਰੂ ਹੋ ਗਿਆ। ਅਜਿਹੇ ਸਮੇਂ ਵੱਖਰੇ ਰੰਗ ਵਾਲਿਆਂ ਦਾ ਟਕਰਾ ਕੇ ਖਤਮ ਹੋਣਾ ਅਤੇ ਅੱਧੇ ਅਧੂਰਿਆਂ ਦਾ ਪੁਰਾਣੀ ਥਾਂ ਜਾ ਕੇ ਪਾਸੇ ਚਲੇ ਜਾਣਾ ਕੁਦਰਤੀ ਹੀ ਹੁੰਦਾ ਹੈ। ਇਹ ਪਿਛੋਕੜ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਅਤੇ ਇਤਿਹਾਸ ਲਿਖਣ ਵਾਲੇ ਵਿਅਕਤੀ ਨੂੰ ਸਮਝਣ ਲਈ ਮਹੱਤਵਪੂਰਨ ਹੈ। ਪਹਿਲਾ, ਅਜਿਹੇ ਮੌਕੇ ਸ਼ੁੱਧਤਾ ਦੀ ਥਾਂ ਸਿੱਧੇ ਅਸਿੱਧੇ ਰੂਪ ਵਿੱਚ ਗੱਲ ਨੂੰ ਚਲਾਈ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਦੂਜਾ, ਇਹ ਬਹੁਤਾ ਕੋਈ ਤਤਕਾਲੀ ਲੋੜਾਂ ਅਧੀਨ ਉਪਜਿਆ ਸੀ, ਨਾ ਕਿ ਸਹਿਜ ਸੁਭਾਅ ਜਾਂ ਲੰਮੇਰੇ ਭਵਿੱਖ ਦੀ ਯੋਜਨਾ ਵਿੱਚੋਂ। ਤੀਜਾ, ਉਸ ਵੇਲੇ ਇਤਿਹਾਸ ਦਾ ਜਿਹੜਾ ਸੰਕਲਪ ਸਮੁੱਚੇ ਲੋਕਾਂ ਦੇ ਮਨ ਵਿੱਚ ਸੀ ਉਹ ਅੱਜ ਨਾਲੋਂ ਬਿਲਕੁਲ ਵੱਖਰਾ ਸੀ। ਸਿਰਫ ਇਹੀ ਨਹੀਂ, ਉਸ ਵੇਲੇ ਪੂਰੀ ਜ਼ਿੰਦਗੀ ਨਾਲ ਜੁੜੀ ਹੋਈ ਹਰ ਗੱਲ ਬਾਰੇ ਹੀ ਧਾਰਨਾਵਾਂ ਹੋਰ ਸਨ। ਅੱਜ ਅਸੀਂ ਬਦਲੀਆਂ ਹੋਈਆਂ ਧਾਰਨਾਵਾਂ ਕਰਕੇ ਉਹਨਾਂ ਧਾਰਨਾਵਾਂ ਦੇ ਅਰਥਾਂ ਨਾਲੋਂ ਟੁੱਟੇ ਹੋਏ ਹਾਂ। ਜਿਵੇਂ ਕਿਸੇ ਬੇਗਾਨੀ ਬੋਲੀ ਦੇ ਸ਼ਬਦ ਸਾਡੇ ਲਈ ਰੌਲੇ ਤੋਂ ਵੱਧ ਕੁਝ ਨਹੀਂ ਨੇ, ਪਰ ਉਹ ਦੂਜਿਆਂ ਲਈ ਗੀਤ ਹੋ ਸਕਦੇ ਨੇ। ਇਸ ਲਈ ਜਦੋਂ ਅਸੀਂ ਸਾਰੀਆਂ ਪੁਰਾਣੀਆਂ ਰਚਨਾਵਾਂ ਨੂੰ ਬ੍ਰਾਹਮਣ ਦੀ ਚਾਲ ਆਖ ਕੇ ਰੱਦ ਕਰ ਦਿੰਦੇ ਹਾਂ ਤਾਂ ਇਹ ਸਾਡੀ ਇਤਿਹਾਸ ਪ੍ਰਤੀ ਬੇਸਮਝੀ ਦਾ ਪ੍ਰਤੀਕ ਹੈ ਅਤੇ ਕਿਸੇ ਗੱਲ ਨੂੰ ਅਕਹਿਰੇ ਰੂਪ ਵਿੱਚ ਗੰਭੀਰਤਾ ਤੋਂ ਬਿਨਾਂ ਸਮਝਣ ਦੀ ਕੋਸ਼ਿਸ਼ ਵੀ। ਅਜੋਕੇ ਅਰਥਾਂ ਬਾਰੇ, ਮਨੁੱਖ ਦਾ ਪਸ਼ੂ ਪੰਛੀਆਂ ਅਤੇ ਧਰਤੀ ਉੱਪਰਲੇ ਹੋਰ ਸਾਰੇ ਜੀਵਾਂ ਨਾਲੋਂ ਫਰਕ ਬੁੱਧੀ ਕਰਕੇ ਆ। ਸਮੁੱਚੇ ਗਿਆਨ ਵਿਗਿਆਨ ਦਾ ਫੈਲਾਅ ਬੁੱਧੀ ਦੀ ਦੇਣ ਹੈ। ਇਸ ਦੀ ਪ੍ਰਤੱਖ ਉਦਾਹਰਣ ਭਾਸ਼ਾ ਦੇ ਵੱਜਵੇਂ ਅਰਥਾਂ ਅਤੇ ਲਿਖਣ ਦੀ ਕਲਾ ਹੈ, ਜਿਸ ਨੇ ਮਨੁੱਖ ਨੂੰ ਦਰੱਖਤਾਂ ਦੇ ਪੱਤਿਆਂ ਤੋਂ ਰੇਸ਼ਮੀ ਕੱਪੜਿਆਂ ਅਤੇ ਨੰਗੇ ਪੈਰਾਂ ਤੋਂ ਹਵਾਈ ਜਹਾਜ਼ਾਂ ਦੇ ਸਫ਼ਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਮਨੁੱਖ ਭਾਸ਼ਾ ਵਿੱਚ ਹੀ ਸੋਚਦਾ, ਭਾਸ਼ਾ ਬਿਨਾਂ ਮਨੁੱਖ ਮਨੁੱਖ ਨਹੀਂ ਹੋ ਸਕਦਾ। ਜੇ ਕੋਈ ਮਨੁੱਖ ਬਿਲਕੁਲ ਵੱਖਰੀ ਭਾਸ਼ਾ ਵਾਲੇ ਥਾਂ ਚੱਲਿਆ ਜਾਵੇ ਤਾਂ ਉਹ ਬੋਲੀ ਦੀ ਸਾਂਝ ਨਾ ਹੋਣ ਕਾਰਨ ਸਿਰਫ ਬਾਂਦਰ ਵਾਂਗ ਇਸ਼ਾਰੇ ਕਰਨ ਜੋਗਾ ਰਹਿ ਜਾਂਦਾ ਹੈ। ਇਸ ਤਰ੍ਹਾਂ ਬੁੱਧੀ ਦੇ ਗਿਆਨ ਵਿਗਿਆਨ ਦੇ ਪਸਾਰੇ ਵਿੱਚ ਭਾਸ਼ਾ ਦੀ ਸਭ ਤੋਂ ਵੱਡੀ ਥਾਂ ਹੈ। ਗੁਰਬਾਣੀ ਵਿਆਖਿਆ ਦਾ ਇੱਕ ਰੂਪ ਅੰਗਰੇਜ਼ੀ ਸਮਰਾਜ ਨਾਲ ਆਏ ਵਿੱਦਿਅਕ ਪ੍ਰਬੰਧ ਰਾਹੀਂ ਪ੍ਰਗਟ ਹੋਇਆ। ਇਸ ਵਿੱਚ ਗੁਰਬਾਣੀ ਨੂੰ ਸਮਝਣ ਲਈ ਵਿਆਕਰਨ ਵਿਧੀ ਅਪਣਾਈ ਗਈ। ਇਸਦਾ ਅਰਥ ਇਹ ਨਹੀਂ ਕਿ ਪਹਿਲਾਂ ਵਿਆਕਰਨ ਦਾ ਮਹੱਤਵ ਨਹੀਂ ਸੀ ਸਮਝਿਆ ਗਿਆ। ਅਸਲ ਵਿੱਚ ਅਜੋਕੀ ਵਿਧੀ ਸ਼ਬਦਾਂ ਦੇ ਰੂਪ ਅਤੇ ਜੋੜ ਨੂੰ ਕਾਰਕ ਸੰਬੰਧਾਂ ਦੇ ਆਧਾਰ 'ਤੇ ਅਰਥ ਨੂੰ ਸਪੱਸ਼ਟ ਅਤੇ ਪੱਕੇ ਕਰਨ ਦੀ ਹੈ। ਜਿਵੇਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਕਿ ਪਹਿਲਾਂ ਇੱਕ ਪੰਕਤੀ ਦੇ ਕਈ ਕਈ ਅਰਥ ਵੀ ਕੀਤੇ ਜਾਂਦੇ ਸਨ, ਖਾਸ ਕਰਕੇ ਸਾਖੀਆਂ ਰਾਹੀਂ ਬਾਣੀ ਦੇ ਰਚੇ ਜਾਣ ਦੀ ਭੂਮਿਕਾ ਬੰਨਣ ਦਾ ਰਿਵਾਜ਼ ਸੀ, ਜਿਸ ਨੂੰ ਅਜੋਕੀ ਵਿਧੀ ਨੇ ਖਤਮ ਕਰ ਦਿੱਤਾ।
ਇਹ ਵਿਧੀ ਸ਼ਬਦਾਂ ਨੂੰ ਉਹਨਾਂ ਦੇ ਮੂਲ ਦੇ ਹਿਸਾਬ ਨਾਲ ਪਛਾਣਦੀ ਹੈ ਜੋ ਵਿਦਵਤਾ ਦੇ ਪੱਧਰ ਤੇ ਮਹੱਤਵਪੂਰਨ ਹੈ ਪਰ ਗੁਰਬਾਣੀ ਦੇ ਮੌਲਿਕ ਅਰਥਾਂ ਨੂੰ ਸਮਝਣ ਤੋਂ ਬਹੁਤੀ ਵਾਰ ਦੂਰ ਰਹਿੰਦੀ ਹੈ ਇਹ ਵਿਧੀ ਸ਼ਬਦਾਂ ਤੇ ਆਧਾਰਿਤ ਹੋਣ ਕਰਕੇ ਵੈਰਾਗ ਅਤੇ ਵਿਸਮਾਦ ਦੇ ਭਾਵ ਨੂੰ ਪਛਾਣਨ ਤੋਂ ਅਸਮਰੱਥ ਰਹਿੰਦੀ ਹੈ ਜਿਸ ਕਰਕੇ ਵੈਰਾਗ ਤੇ ਵਿਸਮਾਦ ਤੋਂ ਵਿਹੂਣੀ ਵਿਆਖਿਆ ਜਿਗਿਆਸੂ ਦੇ ਸ਼ਰਧਾ ਭਾਵ ਵਾਲੇ ਵਤੀਰੇ ਨੂੰ ਠੇਸ ਪਹੁੰਚਾਉਂਦੀ ਹੈ ਇਹ ਵਿਧੀ ਗੁਰਬਾਣੀ ਨੂੰ ਨਿਰੋਲ ਸਿਧਾਂਤਕ ਚਰਚਾ ਤੱਕ ਸੀਮਿਤ ਕਰਕੇ ਇਤਿਹਾਸਕ ਪ੍ਰਸੰਗ ਤੋਂ ਮੁਕਤ ਕਰਦੀ ਹੈ ਜਿਸ ਕਰਕੇ ਆਮ ਬੰਦੇ ਲਈ ਇੱਕ ਖੁਸ਼ ਕੰਮ ਬਣ ਕੇ ਰਹਿ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਦੇ ਅਰਥ ਨਿਸ਼ਚਿਤ ਕਰਨ ਲੱਗਦੇ ਹਾਂ ਤਾਂ ਪਹਿਲੀ ਗੱਲ ਇਹ ਕਿ ਇੱਕ ਆਮ ਕਵਿਤਾ ਵਿੱਚ ਵੀ ਇੱਕ ਤੋਂ ਵਧੇਰੇ ਭਾਵ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ ਦੂਜਾ ਇਹ ਕਿ ਲਿਖੇ ਸ਼ਬਦਾਂ ਵਿੱਚ ਬੋਲਣ ਦਾ ਲਹਿਜਾ ਨਾ ਹੋਣ ਕਾਰਨ ਅਰਥ ਦਾ ਫਰਕ ਪੈ ਜਾਂਦਾ ਹੈ ਤੀਸਰਾ ਗੁਰਬਾਣੀ ਰਚਨਾ ਵਿੱਚ ਸੰਗੀਤ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਬਹੁਤ ਥਾਵਾਂ ਉੱਪਰ ਅਜਿਹਾ ਹੁੰਦਾ ਹੈ ਕਿ ਸ਼ਬਦ ਦੇ ਅਸਲੀ ਭਾਵ ਗਾਉਣ ਨਾਲ ਪ੍ਰਗਟ ਹੁੰਦੇ ਨੇ ਗੁਰਬਾਣੀ ਵਿਆਕਰਨ ਬਾਰੇ ਜਿਹੜੀਆਂ ਪ੍ਰਸਿੱਧ ਲਿਖਤਾਂ ਸਾਹਮਣੇ ਆਈਆਂ ਨੇ ਉਹਨਾਂ ਵਿੱਚ ਭਾਈ ਕਾਹਨ ਸਿੰਘ ਨਾਭਾ ਪ੍ਰੋਫੈਸਰ ਸਾਹਿਬ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾਕਟਰ ਹਰਕੀਰਤ ਸਿੰਘ ਆਦਿ ਨੇ ਗੁਰਬਾਣੀ ਦਾ ਰਚਨਾਕਾਲ ਅਤੇ ਪਸਾਰ ਵਡੇਰੇ ਭੂਗੋਲਿਕ ਖਿੱਤੇ ਦਾ ਹੈ ਇਸ ਦਾ ਸਮਾਂ ਵੀ ਉਹ ਹੈ ਜਦੋਂ ਵੱਖਰੀਆਂ ਵੱਖਰੀਆਂ ਭਾਰਤੀ ਭਾਸ਼ਾਵਾਂ ਆਪਣਾ ਰੂਪ ਧਾਰਨ ਕਰ ਰਹੀਆਂ ਸਨ ਗੁਰਬਾਣੀ ਵਿਆਕਰਨ ਦੇ ਜਿਹੜੇ ਨੇਮ ਸਾਨੂੰ ਪ੍ਰਾਪਤ ਨੇ ਉਹਨਾਂ ਚੋਂ ਬਹੁਤੇ ਪੰਜਾਬੀ ਬੋਲੀ ਦੇ ਨੇ ਭਾਵ ਗੁਰੂ ਸਾਹਿਬਾਨ ਦੇ ਬਾਣੀ ਤੇ ਆਧਾਰਿਤ ਨੇ ਭਗਤ ਬਾਣੀ ਦੇ ਅਰਥਾਂ ਸਮੇਂ ਵਧੇਰੇ ਫਰਕ ਪੈਂਦਾ ਹੁੰਦਾ ਕਿਉਂਕਿ ਵੱਖ ਵੱਖ ਭਾਸ਼ਾਈ ਰੰਗ ਵਾਲੀ ਬਾਣੀ ਨੂੰ ਸਮਝਣ ਲਈ ਸਾਡਾ ਸਧਾਰਨ ਪੱਧਰ ਦਾ ਗਿਆਨ ਅਰਥਾਂ ਲਈ ਸਹਾਇਤਾ ਨਹੀਂ ਕਰ ਸਕਦਾ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡਾ ਗੁਰਬਾਣੀ ਦੇ ਵਿਆਕਰਨ ਦੇ ਨੇਮ ਲੱਭਣ ਦਾ ਢੰਗ ਸੰਸਕ੍ਰਿਤ ਤੇ ਆਧਾਰਿਤ ਹੈ ਜਾਂ ਫਿਰ ਅੰਗਰੇਜ਼ੀ ਦੇ ਹਿਸਾਬ ਤੇ ਹਾਲਾਂਕਿ ਸੰਸਕ੍ਰਿਤ ਦਾ ਵਿਆਕਰਨ ਸਾਡੀ ਵਧੇਰੇ ਸਹਾਇਤਾ ਕਰ ਸਕਦਾ ਹੈ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਸੰਸਕ੍ਰਿਤ ਦੇ ਨਿਯਮਾਂ ਨੂੰ ਗੁਰਬਾਣੀ ਵਿਆਕਰਨ ਦੇ ਨਿਯਮ ਸਿੱਧ ਕਰੀਏ ਜਿਵੇਂ ਪਹਿਲਾਂ ਵਿਚਾਰਿਆ ਗਿਆ ਕਿ ਪੁਰਾਤਨ ਲਿਖਤਾਂ ਜਿਨ੍ਹਾਂ ਨੂੰ ਅਸੀਂ ਸਾਕਤ ਜਾਂ ਬ੍ਰਾਹਮਣ ਦੀ ਚਾਲ ਆਖਦੇ ਹਾਂ ਨੂੰ ਸਹੀ ਰੂਪ ਸਮਝਣ ਲਈ ਉਸਦੇ ਸਮੇਂ ਦੇ ਸਮੁੱਚੇ ਹਾਲਾਤ ਨੂੰ ਸਮਝਣ ਦੀ ਲੋੜ ਹੈ ਉਸੇ ਤਰ੍ਹਾਂ ਹੀ ਹੁਣ ਸਾਨੂੰ ਸਾਡੀ ਪਿਛਲੇ 125 ਸਾਲ ਦੀ ਮਿਹਨਤ ਨੂੰ ਵੀ ਪਰਖਣ ਦੀ ਲੋੜ ਹੈ ਜਿਹੜੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੋ ਕੇ ਅਸੀਂ ਇਤਿਹਾਸ ਅਤੇ ਗੁਰਬਾਣੀ ਦੀ ਮੁੜ ਵਿਆਖਿਆ ਸ਼ੁਰੂ ਕੀਤੀ ਉਹ ਕੀ ਸੀ ਅਤੇ ਕੀ ਹੈ ਸਾਡਾ ਹੁਣ ਜਿਹੜਾ ਗਿਆਨ ਦਾ ਸਾਧਨ ਹੈ ਉਹ ਕਿਸ ਤਰ੍ਹਾਂ ਦਾ ਹੈ ਇਹ ਜਿਸ ਸੱਭਿਆਚਾਰਕ ਅਤੇ ਵਿਚਾਰਧਾਰੀ ਜੀਵਨ ਦਾ ਸਹਿਜ ਵਿਕਾਸ ਹੈ ਕੀ ਅਸੀਂ ਪੂਰੇ ਰੂਪ ਵਿੱਚ ਉਸਨੂੰ ਅਪਣਾ ਸਕਦੇ ਹਾਂ ਇਲਹਾਮੀ ਸੁਨੇਹੇ ਇਤਿਹਾਸ ਅਤੇ ਸਾਹਿਤ ਨੂੰ ਪਰਖਣ ਦੀ ਜਿਹੜੀ ਵਿਧੀ ਪੈਦਾ ਹੋਈ ਹੈ ਉਹ ਕਿਸ ਤਰ੍ਹਾਂ ਦਾ ਯਤਨ ਹੈ ਸਿੱਖ ਰਾਜ ਦੇ ਕਬਜ਼ੇ ਮਗਰੋਂ ਸਿੱਖਾਂ ਨੇ ਅੰਗਰੇਜ਼ਾਂ ਦੇ ਵਿੱਦਿਆ ਪ੍ਰਬੰਧ ਨੂੰ ਉੱਤਮ ਜੀਵਨ ਜਾਚ ਵਜੋਂ ਅਪਣਾਇਆ ਉਹਨਾਂ ਨੇ ਆਪਣੇ ਸਿਧਾਂਤ ਉੱਪਰ ਬ੍ਰਾਹਮਣੀ ਪ੍ਰਭਾਵ ਦੀ ਪਛਾਣ ਤਾਂ ਕਰ ਲਈ ਪਰ ਇਹ ਜਿਹੜਾ ਨਵਾਂ ਢੰਗ ਅਪਣਾਇਆ ਸੀ ਇਸਦਾ ਕੀ ਅਸਰ ਪਵੇਗਾ ਇਸ ਤੋਂ ਉਹ ਵੀ ਅਣਜਾਣ ਸਨ ਬੁੱਧੀ ਦੀ ਉੱਤਮਤਾ ਅਤੇ ਹਰ ਗੱਲ ਦੀ ਪ੍ਰਯੋਗ ਸਿੱਧਤਾ ਅਸਲ ਵਿੱਚ ਇਤਿਹਾਸ ਅਤੇ ਗੁਰਬਾਣੀ ਨਾਲ ਜੁੜੇ ਅਹਿਸਾਸ ਨੂੰ ਮਾਨਤਾ ਨਹੀਂ ਦਿੰਦੀ ਇਸ ਕਰਕੇ ਗੁਰਬਾਣੀ ਦੇ ਅਰਥ ਅਤੇ ਇਤਿਹਾਸ ਨੂੰ ਸੋਧਣ ਅਤੇ ਨਵ ਵਿਖਿਆਣ ਦੇ ਕਾਰਜ ਨੇ ਇਹ ਭਾਵਨਾ ਨੂੰ ਖਤਮ ਕਰਨਾ ਸ਼ੁਰੂ ਕੀਤਾ ਇਹ ਕੋਈ ਜਾਣ ਬੁੱਝ ਕੇ ਕੀਤਾ ਕੰਮ ਨਹੀਂ ਸੀ ਇਹ ਬਿਲਕੁਲ ਉਵੇਂ ਹੀ ਸਹਿ ਸੁਭਾਅ ਵਾਪਰਿਆ ਜਿਵੇਂ ਬ੍ਰਾਹਮਣ ਮੱਤ ਵਾਲੇ ਸਮਾਜ ਵਿੱਚ ਮੁਗਲ ਰਾਜ ਨਾਲ ਝਗੜੇ ਸਮੇਂ ਸਿੱਖਾਂ ਨਾਲ ਵਾਪਰਿਆ ਅਤੇ ਹੁਣ ਬ੍ਰਾਹਮਣੀ ਸਮਾਜ ਨਾਲ ਲੜਦਿਆਂ ਅੰਗਰੇਜ਼ੀ ਸਾਮਰਾਜ ਦੀ ਛਾਂ ਹੇਠ ਮੁੜ ਵਾਪਰਿਆ ਪਹਿਲੀ ਲੜਾਈ ਵਿੱਚ ਖਾਲਸੇ ਨੇ ਮੁਗਲ ਹਕੂਮਤ ਦੀ ਉੱਤਮਤਾ ਨੂੰ ਨਹੀਂ ਕਬੂਲਿਆ ਅਤੇ ਉਹ ਜੇਤੂ ਹੋ ਕੇ ਨਿਕਲਿਆ ਪਰ ਵਰਤਮਾਨ ਦੌਰ ਵਿੱਚ ਤਰੱਕੀ ਅਤੇ ਰਾਜ ਸੱਤਾ ਦੀ ਵਿਸ਼ਾਲਤਾ ਕਾਰਨ ਉਹਨਾਂ ਦੀ ਜੀਵਨ ਧਾਰਾ ਨੂੰ ਵੱਡਾ ਸੱਚ ਮੰਨ ਕੇ ਅਸੀਂ ਆਪਣੇ ਸੱਚ ਨੂੰ ਉਹਦੇ ਅਨੁਸਾਰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਅਸਲ ਵਿੱਚ 19ਵੀਂ ਸਦੀ ਦੇ ਅਖੀਰ ਵਿੱਚ ਆਰੀਆ ਸਮਾਜੀਆਂ ਦੀ ਸ਼ੁੱਧੀਕਰਨ ਦੀ ਲਹਿਰ ਨੇ ਤਾਜ਼ੇ ਗੁਲਾਮ ਹੋਏ ਸਿੱਖਾਂ ਨੂੰ ਪਹਿਲਾਂ ਸਪੱਸ਼ਟ ਡੂੰਘਾ ਜ਼ਖਮ ਦਿੱਤਾ ਦੂਜੇ ਪਾਸੇ ਮੁਸਲਮਾਨਾਂ ਨਾਲ ਇਤਿਹਾਸਕ ਕਾਰਨਾਂ ਕਰਕੇ ਸਾਂਝ ਨਹੀਂ ਸੀ ਇਸ ਤਰ੍ਹਾਂ ਸਿੱਖਾਂ ਦਾ ਝੁਕਾਅ ਸਹਿਜੇ ਹੀ ਨਵੇਂ ਲੋਕਾਂ ਭਾਵ ਅੰਗਰੇਜ਼ਾਂ ਵੱਲ ਹੋ ਗਿਆ ਅਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਦਸ਼ਾ ਤੋਂ ਕੱਢਣ ਲਈ ਉਹਨਾਂ ਦੇ ਗਿਆਨ ਪ੍ਰਬੰਧ ਦਾ ਸਹਾਰਾ ਲਿਆ ਜਿਸ ਕਰਕੇ ਪੁਰਾਤਨ ਲਿਖਤਾਂ ਵਿੱਚੋਂ ਜਰਾ ਮਾਤਰ ਬ੍ਰਾਹਮਣੀ ਪ੍ਰਭਾਵ ਨੂੰ ਦੇਖ ਕੇ ਇਹਨਾਂ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਗੁਰਬਾਣੀ ਵਿੱਚ ਜਿਹੜੇ ਸ਼ਬਦਾਂ ਦੀ ਵਰਤੋਂ ਹੋਈ ਹੈ ਉਹ ਬੋਧੀਆਂ ਜੋਗੀਆਂ ਸੂਫੀਆਂ ਅਤੇ ਹਿੰਦੂ ਮਤ ਨਾਲ ਸੰਬੰਧਿਤ ਨੇ ਪਰ ਇਸ ਵਿੱਚ ਵਰਤੇ ਗਏ ਸੰਕਲਪਾਂ ਦੇ ਉਹ ਅਰਥ ਨਹੀਂ ਨੇ ਜਿਹੜੇ ਪਿਛਲੀਆਂ ਥਾਵਾਂ 'ਤੇ ਵਰਤਣ ਵੇਲੇ ਨੇ ਜਿਵੇਂ ਕਿ ਗੁਰੂ ਦਾ ਸੰਕਲਪ ਜਿਹੜਾ ਕਿ ਸੂਫੀਆਂ ਜੋਗੀਆਂ ਅਤੇ ਬ੍ਰਾਹਮਣਾਂ ਵਿੱਚ ਵੀ ਹੈ ਪਰ ਗੁਰਮਤਿ ਦਾ ਗੁਰੂ ਸੰਕਲਪ ਇਹਨਾਂ ਨਾਲੋਂ ਬਿਲਕੁਲ ਵੱਖਰਾ ਹੈ ਸਾਡੀ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿ ਸ਼ਬਦ ਦੇ ਗੁਰੂ ਹੋਣ ਦੀ ਗੱਲ ਸਾਡੇ ਮਨਾਂ ਵਿੱਚ ਸਮਾ ਨਹੀਂ ਸਕੀ।
ਜਿੱਥੇ ਪਹਿਲਾਂ ਬ੍ਰਾਹਮਣੀ ਪ੍ਰਭਾਵ ਸੀ ਉੱਥੇ ਹੁਣ ਪੱਛਮੀ ਬੁੱਧੀ ਵਿਧਾਨ ਦੀ ਥਾਂ ਹੈ ਜਿਹੜਾ ਬਾਣੀ ਨੂੰ ਗਿਆਨ ਵਧਾਊ ਪਾਠ ਪੁਸਤਕ ਵਜੋਂ ਵੇਖਦਾ ਹੈ। ਅਜੋਕਾ ਜੀਵਨ ਵਿਧਾਨ ਖਾਣ ਪੀਣ ਰਹਿਣ ਸਹਿਣ ਅਤੇ ਸੋਚਣ ਸਮਝਣ ਦੀਆਂ ਜੋ ਕੀਮਤਾਂ ਨਿਸ਼ਚਿਤ ਕਰਦਾ ਹੈ ਉਹਨਾਂ ਦਾ ਗੁਰਬਾਣੀ ਨਾਲ ਸਿੱਧਾ ਟਕਰਾਓ ਹੈ। ਗੁਰਬਾਣੀ ਵਿਆਕਰਨ ਅਤੇ ਅਰਥਾਂ ਦਾ ਮਸਲਾ ਐਡਾ ਸੌਖਾ ਨਹੀਂ ਹੈ ਕਿਉਂਕਿ ਗੁਰਬਾਣੀ ਨਿੱਜ ਦੀ ਥਾਂ ਸਮੂਹ ਦੀ ਗੱਲ ਕਰਦੀ ਹੈ ਜਿਸ ਦਾ ਸਿੱਧਾ ਸੰਬੰਧ ਸਿਆਸਤ ਨਾਲ ਜੁੜਦਾ ਹੈ। ਸੱਚ ਅਤੇ ਨਿਆਂ ਦੇ ਸੰਦੇਸ਼ ਨੂੰ ਧਾਰਨ ਕਰਨ ਵਾਲਾ ਸੰਘਰਸ਼ ਨੂੰ ਅਮਲ ਵਜੋਂ ਪ੍ਰਵਾਨ ਕਰਦਾ ਹੈ। ਇਸ ਤਰ੍ਹਾਂ ਗੁਰਬਾਣੀ ਦੀ ਸਹੀ ਵਿਆਖਿਆ ਦਾ ਕਾਰਜ ਸਮੁੱਚੀ ਜ਼ਿੰਦਗੀ ਅਤੇ ਇਸ ਦੀਆਂ ਸੱਭਿਆਚਾਰਕ ਕੀਮਤਾਂ ਨਾਲ ਜੁੜਿਆ ਹੋਇਆ। ਗੁਰਬਾਣੀ ਭਾਰਤੀ ਅਤੇ ਸਾਮੀ ਸੱਭਿਆਚਾਰ ਦੀਆਂ ਉਹਨਾਂ ਪਰੰਪਰਾਵਾਂ ਨੂੰ ਨਕਾਰਦੀ ਹੈ ਜਿਹੜੀਆਂ ਮਨੁੱਖੀ ਹਸਤੀ ਦੇ ਵਿਕਾਸ ਵਿੱਚ ਅੜਿੱਕਾ ਬੰਨ੍ਹਦੀਆਂ ਨੇ। ਇਸ ਲਈ ਇਹਨਾਂ ਵਿਚਾਰਧਾਰਾਵਾਂ ਦੇ ਪੈਦਾ ਹੋਏ ਗਿਆਨ ਪ੍ਰਬੰਧ ਸਾਡੇ ਲਈ ਦੂਸਰੇ ਥਾਵਾਂ 'ਤੇ ਨੇ। ਪਹਿਲੀ ਥਾਂ ਉੱਪਰ ਸਾਨੂੰ ਗੁਰਬਾਣੀ ਦੇ ਅੰਦਰੋਂ ਗਵਾਹੀ ਨਾਲ ਇਸ ਦੇ ਅਰਥਾਂ ਅਤੇ ਵਿਆਕਰਨ ਨੂੰ ਉਘਾੜਨ ਦੀ ਲੋੜ ਹੈ। ਜੋ ਕੁਝ ਸਾਡੇ ਕੋਲ ਨਵੇਂ ਪੁਰਾਣੇ ਵਿਆਖਿਆ ਪ੍ਰਬੰਧ ਦੇ ਰੂਪ ਵਿੱਚ ਮੌਜੂਦ ਹੈ ਉਸ ਨੂੰ ਰੱਦ ਕਰਕੇ ਨਹੀਂ ਸਗੋਂ ਉਸ ਦੀਆਂ ਸੀਮਾਵਾਂ ਨੂੰ ਪਛਾਣ ਕੇ ਅਤੇ ਗੁਰਬਾਣੀ ਦੀ ਮੂਲ ਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਸਾਡੀ ਜਾਚ ਅਜੋਕੇ ਹਾਲਾਤ ਵਿੱਚ ਸਮੱਸਿਆਵਾਂ ਦੇ ਹੱਲ ਇਹੀ ਸਹੀ ਰਾਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।